ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਜੈਸਮੀਨ ਸੰਧਰ ਅਤੇ ਤੁਸੀਂ ਦੇਖ ਰਹੇ ਹੋ ਰੈਸਟਵੇ ਐਕਸਪ੍ਰੈਸ ਚੈਨਲ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਆਪਣੇ ਚੈਨਲ ਉੱਪਰ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਹੁੰਦੀਆਂ ਨੇ ਅਤੇ ਮਾਨ ਤਾਨ ਹਾਸਲ ਕੀਤਾ ਹੁੰਦਾ। ਜੀ ਹਾਂ, ਅੱਜ ਸਾਡੇ ਨਾਲ ਮੌਜੂਦ ਹੈ ਜੋ ਕਿ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ ਹੈ, ਜਿਨ੍ਹਾਂ ਨੇ ਆਪਣੇ ਰਾਜਨੀਤਿਕ ਸਮੇਂ ਦੌਰਾਨ ਆਪਣੇ ਜ਼ਿਲ੍ਹੇ ਦੀ ਨੁਹਾਰ ਬਦਲਣ ਦੇ ਲਈ ਬਹੁਤ ਸਾਰੇ ਕੰਮ ਕੀਤੇ। ਮੈਂ ਤਾਰੁਫ ਕਰਵਾ ਰਹੀ ਹਾਂ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਸਾਹਿਬ ਜੀ ਦੇ ਨਾਲ, ਅਤੇ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ, ਅਤੇ ਆਓ ਜਾਣਦੇ ਹਾਂ ਇਹਨਾਂ ਦੇ ਰਾਜਨੀਤਿਕ ਸਫ਼ਰ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ 'ਤੇ ਆਉਣ ਲਈ। ਰੈਸਟਵੇ ਦੇ ਸਾਰੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਮੇਰਾ ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਜਿਵੇਂ ਰਾਜਨੀਤਿਕ ਖੇਤਰ ਬਹੁਤ ਹੀ ਔਖਾ ਹੈ ਅਤੇ ਬਹੁਤ ਜ਼ਿਆਦਾ ਸੰਘਰਸ਼ ਮੰਗਦਾ ਹੈ, ਇਸ ਸਾਰੇ ਉੱਪਰ ਅਸੀਂ ਚਰਚਾ ਜ਼ਰੂਰ ਕਰਾਂਗੇ। ਅਤੇ ਸਭ ਤੋਂ ਪਹਿਲਾਂ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਤੁਹਾਡੇ ਬਚਪਨ ਔਰ ਐਜੂਕੇਸ਼ਨ ਦੇ ਬਾਰੇ ਵਿੱਚ, ਕੀ ਇਹ ਲੀਡਰਸ਼ਿਪ ਵਾਲੇ ਗੁਣ ਤੁਹਾਡੇ ਵਿੱਚ ਬਚਪਨ ਤੋਂ ਹੀ ਸਨ? ਮੈਂ ਹੁਸ਼ਿਆਰਪੁਰ ਦਾ ਹੀ ਮੂਲ ਨਿਵਾਸੀ ਹਾਂ ਪਿਛਲੀਆਂ ਕਈ ਪੀੜ੍ਹੀਆਂ ਤੋਂ। ਹਾਂਜੀ, ਅਤੇ ਇੱਥੇ ਮੇਰੀ ਐਜੂਕੇਸ਼ਨ ਹੋਈ ਆ, BSC ਮੈਡੀਕਲ ਗਰੁੱਪ 'ਚ ਗਵਰਨਮੈਂਟ ਕਾਲਜ 'ਚ ਮੈਂ ਕੀਤੀ ਆ, ਉਹਦੇ ਬਾਅਦ LLB ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਆ, ਅਤੇ ਪੋਲੀਟੀਕਲ ਸਾਇੰਸ ਦੀ MA ਕੀਤੀ ਆ। ਅਤੇ ਮੈਂ ਸਕੂਲਿੰਗ ਟਾਈਮ ਤੋਂ ਹੀ ਇਹ ਗੁਣ, ਰਾਜਨੀਤੀ ਤਾਂ ਨਹੀਂ ਉਹ ਉਹਨਾਂ ਉਸ ਉਮਰ 'ਚ ਕਹਿ ਸਕਦੇ, ਉਹ ਇਹ ਮੇਰਾ ਰਿਹਾ ਵਿਸ਼ੇ ਰਿਹਾ ਹੈਗਾ ਕਲਾਸ ਦੇ ਰਿਪ੍ਰਜੈਂਟੇਟਿਵ ਚੁਣ ਹੋਣਾ ਜਾਂ ਸਕੂਲ ਦਾ ਸੈਕਟਰੀ ਚੁਣ ਹੋਣਾ ਨਾ। ਤਕਰੀਬਨ ਹਰ ਕਲਾਸ ਦੇ ਵਿੱਚ ਰਾਈਟ ਫਰੋਮ 6th ਔਨਵਰਡਸ ਤਕਰੀਬਨ ਮੈਂ ਇਸ ਤਰ੍ਹਾਂ ਹੀ ਇਲੈਕਸ਼ਨ ਲੜਦਾ ਰਿਹਾ। ਯੂਨੀਵਰਸਿਟੀ 'ਚ ਵੀ ਕਲਾਸ ਰਿਪ੍ਰਜੈਂਟੇਟਿਵ ਦਾ ਇਲੈਕਸ਼ਨ ਲੜਿਆ, ਡਿਪਾਰਟਮੈਂਟ ਰਿਪ੍ਰਜੈਂਟੇਟਿਵ ਦਾ। ਸੋ ਇਹ ਮੇਰੀ ਲਾਈਨ ਹੀ, ਮਤਲਬ ਬਚਪਨ ਤੋਂ ਹੀ ਲਾਈਨ ਹੈਗੀ ਆ ਜੀ ਸਰ, ਲੋਕ ਸੇਵਾ ਦੀ ਲਾਈਨ ਹੈਗੀ। ਸਰ, ਇਹ ਜਜ਼ਬਾ ਤੁਹਾਡੇ ਵਿੱਚ ਰਾਜਨੀਤੀ ਦਾ ਕਿਸ ਤਰ੍ਹਾਂ ਆਇਆ, ਜਾਂ ਇਹ ਸਵਾਭੀ ਬਣਿਆ, ਜਾਂ ਕੋਈ ਇੰਸਪੀਰੇਸ਼ਨ ਜਾਂ ਕਿਸੇ ਵੱਲ ਦੇਖ ਕੇ ਕਿ ਮੈਂ ਇਸ ਤਰ੍ਹਾਂ ਦਾ ਬਣਨਾ ਚਾਹੁੰਦਾ ਹਾਂ? ਨਹੀਂ, ਗੋਡ ਗਿਫਟ ਹੈ ਜੀ, ਇਹਦਾ ਸੁਭਾਅ ਹੀ ਹੁੰਦਾ, ਜਾਂ DNA ਕਹਿ ਲਓ ਜੀ। ਇਹ ਮੈਨੂੰ ਨਹੀਂ ਪਤਾ ਕਿੱਥੋਂ ਆਇਆ, ਕਿੱਦਾਂ ਆਇਆ, ਸਾਡੇ ਪਰਿਵਾਰ 'ਚ ਕੋਈ ਰਾਜਨੀਤੀ 'ਚ ਨਹੀਂ ਰਿਹਾ ਪਹਿਲਾਂ ਜੀ ਸਰ, ਪਰ ਮੈਨੂੰ ਜ਼ਰੂਰ ਸ਼ੁਰੂ ਤੋਂ ਇਹ ਸੀਗਾ ਚਸਕਾ ਕਿ ਲੀਡਰਸ਼ਿਪ ਦੀ ਕੁਆਲਿਟੀ ਸੀਗੀ ਜੀ। ਸਰ, ਜਿਸ ਤਰ੍ਹਾਂ ਤੁਸੀਂ ਆਪਣੇ ਰਾਜਨੀਤਿਕ ਟਾਈਮ ਦੌਰਾਨ ਸ਼ਹਿਰ ਦੀ ਨੁਹਾਰ ਬਦਲਣ ਲਈ ਕਾਫੀ ਐਫਰਟ ਕੀਤੇ, ਅਤੇ ਇਨ ਫਿਊਚਰ ਵੀ ਤੁਹਾਡੇ ਕੁਝ ਪਲੈਨਸ ਹੋਣਗੇ? ਬਿਲਕੁਲ ਜੀ, ਹੁਸ਼ਿਆਰਪੁਰ ਬਹੁਤ ਇੱਕ ਪਿਛੜਿਆ ਇਲਾਕਾ ਰਿਹਾ, ਔਰ ਪਿਛੜਿਆ ਇਲਾਕਾ ਘੋਸ਼ਿਤ ਵੀ ਰਿਹਾ, ਇਕੱਲਾ ਰਿਹਾ ਨਹੀਂ ਜੀ ਸਰ। ਇੱਥੇ ਆਪਣਾ ਕੰਢੀ ਏਰੀਆ ਬਹੁਤ ਹੀ ਪਿੱਛੇ ਸੀ, ਪੀਣ ਦਾ ਪਾਣੀ ਨਹੀਂ ਸੀ, ਸੜਕਾਂ ਨਹੀਂ ਸੀ, ਇਰੀਗੇਸ਼ਨ ਦਾ ਕੋਈ ਪ੍ਰਬੰਧ ਨਹੀਂ ਸੀ, ਆਵਾਜਾਈ ਦਾ ਕੋਈ ਪ੍ਰਬੰਧ ਨਹੀਂ ਸੀਗਾ। 97 ਦੇ ਵਿੱਚ ਹੁਸ਼ਿਆਰਪੁਰ ਦੀ ਜਨਤਾ ਨੇ ਮੈਨੂੰ ਪਹਿਲੀ ਵਾਰੀ ਮੌਕਾ ਦਿੱਤਾ, ਪਾਰਟੀ ਨੇ ਮੈਨੂੰ ਲੜਾਇਆ ਇੱਥੋਂ। ਉਹਦੇ ਬਾਅਦ ਜੋ ਮੈਨੂੰ ਇਸ ਇਲਾਕੇ ਦੀਆਂ ਕਮੀਆਂ ਮਹਿਸੂਸ ਹੁੰਦੀਆਂ ਸੀਗੀਆਂ ਉਹਨਾਂ ਸਾਰਿਆਂ ਬਾਰੇ ਇੱਕ ਮੇਰਾ ਬੜਾ ਲੌਂਗ ਟਰਮ 'ਤੇ ਪਲੈਨ ਸੀਗਾ, ਔਰ ਸ਼ੋਰਟ ਟਰਮ ਵੀ ਪਲੈਨ ਸੀਗਾ। ਮੈਂ ਇਹ ਹੌਲੀ ਹੌਲੀ ਕਰਕੇ ਉਸ ਵਿਜ਼ਨ ਦੇ ਨਾਲ ਲੱਗ ਗਿਆ, ਅਤੇ ਛੋਟੇ ਕੰਮ ਵੀ ਕਰਨੇ ਆ ਜਿਹੜੇ ਇਮੀਜੀਏਟਲੀ ਲੋੜ ਆ, ਔਰ ਵੱਡੇ ਵੀ ਕਰਨੇ ਆ, ਚਾਹੇ ਉਹ ਡੈਮ ਬਣਾਉਣ ਦਾ ਕੰਮ ਆ, ਚਾਹੇ ਉਹ ਪੁਲ ਬਣਾਉਣ ਦਾ ਕੰਮ ਆ, ਚਾਹੇ ਸੜਕਾਂ ਬਣਾਉਣ ਦਾ, ਚਾਹੇ ਸ਼ਹਿਰ ਦਾ ਦਰਜਾ ਉੱਚਾ ਕਰਕੇ ਕਾਰਪੋਰੇਸ਼ਨ ਬਣਾਉਣ ਦਾ, ਮਿੰਨੀ ਸੈਕਟਰੀਏਟ ਬਣਾਉਣ ਦਾ, ਆ ਸ਼ਹਿਰ ਦਾ ਚੋ ਦਾ ਪੁਲ ਟੱਟ ਗਿਆ ਸੀ ਉਹ ਬਣਾਉਣ ਦਾ, ਮਤਲਬ ਗਲੀਆਂ ਸੜਕਾਂ ਨਾਲੀਆਂ, ਮੈਂ ਸਾਰਿਆਂ ਨੂੰ ਜੁਆਇੰਟ ਕਰਕੇ ਕਹਿੰਦਾ ਕਿ ਵਿਕਾਸ ਹੋਇਆ, ਨਾ ਇਕੱਲੀਆਂ ਨਾਲੀਆਂ ਗਲੀਆਂ ਸੜਕਾਂ ਦਾ ਵਿਕਾਸ ਹੁੰਦਾ, ਪਰ ਉਹਦੇ ਨਾਲ ਨਾਲ ਵੱਡੇ ਵੱਡੇ ਪ੍ਰੋਜੈਕਟ ਵੀ ਚਾਹੀਦੇ ਆ ਜਿਹੜੇ ਆਮ ਪਬਲਿਕ ਨੂੰ ਅਰਾਊਂਡ ਦਾ ਡਿਸਟ੍ਰਿਕਟ ਐਂਡ ਅਰਾਊਂਡ ਦਾ ਸਿਟੀ ਲੋਡ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਕੰਪੈਕਟ ਕਰਕੇ, ਔਰ ਉਸ ਦੇ ਨਾਲ ਖੁਸ਼ਹਾਲੀ ਜਿਹੜੀ ਆ ਉਹ ਵੀ ਵਿਕਾਸ ਦਾ ਪਾਰਟ ਆ, ਜਿਹੜੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣ, ਚਾਹੇ ਉਹ ਕੰਢੀ ਕਨਾਲ ਰਾਹੀਂ ਹੋ ਰਹੀਆਂ, ਚਾਹੇ ਉਹ ਡੈਮਾਂ ਰਾਹੀਂ, ਪਟਿਆੜੀਆਂ ਡੈਮ ਰਾਹੀਂ ਹੋ ਰਹੀ, ਨਾਰਾ ਡੈਮ ਰਾਹੀਂ ਹੋਈ, ਜਾਂ ਉਨਾ ਰੋਡ ਨੂੰ ਆਲ ਵੈਦਰ ਬਣਾ ਕੇ ਹੋਈ, ਪੁਲ ਬਣਾ ਕੇ ਹੋਈ, ਹਾਂਜੀ, ਚਾਹੇ ਉਹ ਬੱਸ ਸਟੈਂਡ ਬਣਾ ਕੇ ਹੋਈ ਆ, ਚਾਹੇ ਮਿੰਨੀ ਸੈਕਟਰੀਏਟ, ਇਹ ਸਾਰੀਆਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਜਿਹਦੇ ਨਾਲ ਫਾਇਦਾ ਹੁੰਦਾ ਆਮ ਜਨਤਾ ਨੂੰ ਐਂਡ ਫਾਰ ਲੌਂਗ ਟਰਮ ਹੁੰਦਾ, ਇਹਨੂੰ ਵਿਕਾਸ ਕਹਿੰਦੇ ਆ। ਇਹਦੇ ਬਾਰੇ ਵਿਜ਼ਨ ਚਾਹੀਦਾ, ਇਹਦੇ ਬਾਰੇ ਕੰਮ ਕਰਨੇ ਦਾ ਤਰੀਕਾ ਆਉਣਾ ਚਾਹੀਦਾ ਜੀ ਸਰ। ਅਤੇ ਸਰ, ਜਿਵੇਂ ਮੌਜੂਦਾ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਵਿਦਿਆਰਥੀਆਂ ਨੂੰ ਲੈਪਟੋਪ ਦੇਣ ਦੇ ਜਾਂ ਫੋਨ ਵਗੈਰਾ ਦੇਣ ਦੇ, ਅਤੇ ਉਹ ਵਾਅਦੇ ਉਹਨਾਂ ਦੇ ਕਿਸੇ ਵੀ ਹੱਦ ਤੱਕ ਪੂਰੇ ਨਹੀਂ ਹੋਏ, ਉਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ? ਤੁਸੀਂ ਆਪ ਹੀ ਕਹਿ ਦਿੱਤਾ ਜੀ, ਵਾਅਦੇ ਪੂਰੇ ਨਹੀਂ ਹੋਏ, ਜਨਤਾ ਤਰਾਹੀ ਤਰਾਹੀ ਕਰ ਰਹੀ ਆ, ਜਨਤਾ ਠੱਗੀ ਗਈ ਮਹਿਸੂਸ ਕਰ ਰਹੀ ਆ, ਜਨਤਾ ਨੂੰ ਗੁੰਮਰਾਹ ਕੀਤਾ, ਧੋਖਾ ਕੀਤਾ, ਕਿਤੇ ਕਿਤੇ ਜਨਤਾ ਫਸ ਜਾਈ। ਵੈਸੇ ਲੋਕ ਬਹੁਤ ਹੁਣ ਸਿਆਣੇ ਹੋ ਚੁੱਕੇ ਆ, ਡੈਮੋਕ੍ਰੇਸੀ ਬਹੁਤ ਮਚਿਓਰ ਹੋ ਚੁੱਕੀ ਆ, ਪਰ ਫਿਰ ਵੀ ਜਿਹੜਾ ਠੱਗ ਹੁੰਦਾ ਨਾ
ਉਹ ਕਿਤੇ ਨਾ ਕਿਤੇ ਬੰਦੇ ਨੂੰ ਫਸਾ ਲੈਂਦਾ ਹੈ, ਦੁੱਗਣੇ ਪੈਸੇ ਕਰ ਦਾਂਗੇ ਸੋਨਾ ਦੋ। ਇਹ ਚੱਲਿਆ ਇਹ ਜਿਹੜੀ 4 ਸਾਲ ਦੀ ਸਰਕਾਰ ਆ ਨਾ, ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਹਰ ਵਰਗ ਨੂੰ ਗੁੰਮਰਾਹ ਕੀਤਾ। ਕਿਸੇ ਨੂੰ ਕਿਹਾ ਇੰਪਲੋਇਮੈਂਟ ਦੇਵਾਂਗੇ, ਕਿਸੇ ਨੂੰ ਕਿਹਾ ਬੇਰੁਜ਼ਗਾਰੀ ਭੱਤਾ ਦੇਵਾਂਗੇ, ਕਿਸੇ ਨੂੰ ਕਿਹਾ ਤੇਰਾ ਸ਼ਗਨ ਵਧਾ ਦੇਵਾਂਗੇ, ਕਿਸੇ ਨੂੰ ਕਿਹਾ ਤੈਨੂੰ ਆਟਾ ਚੀਨੀ ਦਾਲ ਪਤਾ ਨਹੀਂ ਕੀ ਦੇ ਦੇਵਾਂਗੇ। ਮਤਲਬ ਹਰ ਵਰਗ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਅਤੇ ਉਹਦੇ ਬਾਅਦ ਇੱਕ ਦੀ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਜੀ ਸਰ, ਆਪਣੀ ਸਿਟੀ ਦੇ ਵਿੱਚ ਜਿਸ ਤਰ੍ਹਾਂ ਵਾਰਡਬੰਦੀ ਹੋਈ ਹੈ, ਕੀ ਇਹ ਵਾਰਡਬੰਦੀ ਜ਼ਰੂਰੀ ਸੀ? ਬਿਲਕੁਲ ਜ਼ਰੂਰੀ ਨਹੀਂ ਸੀ, ਕਾਨੂੰਨੀ ਤੌਰ 'ਤੇ ਵੀ ਨਹੀਂ ਹੋ ਸਕਦੀ। ਨਾ ਆਬਾਦੀ ਵਧੀਆ, ਨਾ ਏਰੀਆ ਵਧੀਆ, ਪਰ ਇਹਨਾਂ ਨੇ ਵਧਿਆ, ਇਹਨਾਂ ਨੇ ਧੱਕੇਸ਼ਾਹੀ ਦੇ ਨਾਲ ਉਹ ਵਾਰਡਬੰਦੀ ਕਰ ਦਿੱਤੀ। ਇੱਥੇ ਤੱਕ ਕਿ ਕਾਨੂੰਨ ਇਹ ਆ ਕਿ ਜਿੱਥੇ ਵੱਧ ਐਸਸੀਜ਼ ਹੋਣ ਸਿਰਫ ਉਹੀਓ ਹੀ ਵਾਰਡਾਂ ਨੂੰ ਐਸਸੀ ਕੀਤਾ ਜਾਂਦਾ, ਪਰ ਇਹਨਾਂ ਨੇ ਵੱਧ ਵਾਲੇ ਨੂੰ ਛੱਡ ਕੇ ਘੱਟ ਵਾਲਿਆਂ ਨੂੰ ਵੀ ਕਰ ਦਿੱਤਾ। ਟੋਟਲ ਗੈਰ ਕਾਨੂੰਨੀ ਵਾਰਡਬੰਦੀ ਆ, ਧੱਕੇਸ਼ਾਹੀ ਟਾਰਗੇਟ ਕਰਕੇ ਬੀਜੇਪੀ ਦੇ ਉਹਨਾਂ ਐਮ ਸੀਜ਼ ਨੂੰ, ਜਿੱਥੇ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਦੇ ਸੀ ਕਾਂਗਰਸ ਨੂੰ, ਔਰ ਉਹਨਾਂ ਨੂੰ ਡਿਸਪਲੇਸ ਕਰਨਾ ਚਾਹੁੰਦੇ ਸੀ ਉਹਨਾਂ ਵਾਰਡਾਂ 'ਚੋਂ। ਇਹ ਵਾਰਡਬੰਦੀ ਟੋਟਲੀ ਪੋਲੀਟੀਕਲ ਮੋਟਿਵ ਨਾਲ ਔਰ ਬਿਲਕੁਲ ਕਾਨੂੰਨ ਦੀਆਂ ਧੱਜੀਆਂ ਉਡਾ ਕੇ, ਕਾਨੂੰਨ ਨੂੰ ਛਿੱਕੇ ਰੱਖ ਕੇ ਇਹਨਾਂ ਨੇ ਕੀਤੀ ਆ, ਔਰ ਇਹ ਸੋਚ ਕੇ ਕਿ ਸ਼ਾਇਦ ਅਸੀਂ ਇੱਦਾਂ ਜਿੱਤ ਜਾਈਏ, ਪਰ ਜਿੱਤਣ ਵਾਲੇ ਨਹੀਂ ਹੈ। ਜੀ ਸਰ, ਇੱਕ ਸਰ ਪਿੱਛੇ ਜੇ ਇੱਕ ਪੁੱਲ ਨੂੰ ਲੈ ਕੇ ਕਾਫੀ ਜਿੱਦਾਂ ਲੋਕਾਂ ਵਿੱਚ ਗੱਲ ਹੋ ਰਹੀ ਸੀਗੀ, ਇਹ ਫਗਵਾੜਾ ਰੋਡ ਦੇ ਉੱਪਰ ਪੁੱਲ ਬਣਾਉਣ ਦੀ ਗੱਲ ਸੀ ਕਿ ਸ਼ਿਵਮ ਹੋਸਪਿਟਲ ਤੋਂ ਲੈ ਕੇ ਇੱਧਰ ਗੌਰਮੈਂਟ ਕਾਲਜ ਚੌਂਕ ਤੱਕ, ਕੀ ਇਹ ਪੁੱਲ ਜ਼ਰੂਰੀ ਹੈਗਾ? ਇਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਹੁਸ਼ਿਆਰਪੁਰ ਦੇ ਵਿੱਚ ਰੇਲ ਟਰਮੀਨਸ ਹੈਗਾ, ਸ਼ਹਿਰ ਨੂੰ ਰੇਲਵੇ ਲਾਈਨ ਕੱਟਦੀ ਨਹੀਂ ਆ, ਅਕਰੋਸ ਨਹੀਂ ਹੁੰਦੀ ਹੈਗੀ। ਸਟੇਟ ਰੇਲਵੇ ਸਟੇਸ਼ਨ ਤੋਂ ਅੱਗੇ ਫਿਰ ਰਸਤਾ ਹੈਗਾ, ਨਾ ਪੁੱਲ ਬਣਾਉਣ ਦੀ ਮੰਗ ਸੀ, ਨਾ ਪੁੱਲ ਦੀ ਲੋੜ ਸੀ ਹਾਲੇ ਤੱਕ ਬਿਲਕੁਲ ਵੀ। ਲੋਕਾਂ ਦੀ ਮੰਗ ਸੀ ਰੇਲ ਦਾ ਵਿਸਤਾਰ ਹੋਵੇ, ਅਤੇ ਇਹ ਪੁੱਲ ਜਿਹੜਾ ਬਣਾਇਆ ਗਿਆ ਇਹ ਬਿਲਕੁਲ ਬਦਨੀਤੀ ਨਾਲ ਬਣਾਉਣ ਦੀ ਜਿਹੜੀ ਹੈ ਪ੍ਰਪੋਜ਼ਲ ਰੱਖੀ ਗਈ ਸੀਗੀ, ਉਹਦੇ ਵਿੱਚੋਂ ਇਹਨਾਂ ਨੇ ਕੁਛ ਘਪਲੇ ਘੁਟਾਲੇ ਕਰਨੇ ਸੀ। ਔਰ ਬਾਅਦ ਵਿੱਚ ਇਹ ਵੀ ਸਾਬਤ ਹੋ ਗਿਆ ਕਿ ਬਾਹਰਲੇ ਪਾਸੇ ਮੰਡੀ ਵਾਲੇ ਪਾਸੇ ਸਾਡੇ ਜਿਹੜੇ ਸੱਤਾਧਾਰੀ ਹੈਗੇ ਆ ਉਹਨਾਂ ਦੀਆਂ ਆਪਣੀਆਂ ਪ੍ਰੋਪਰਟੀਆਂ ਹੈਗੀਆਂ, ਇੱਥੇ ਦੁਕਾਨਦਾਰ ਜਿਹੜੇ ਆ ਉਹ ਬੇਰੁਜ਼ਗਾਰ ਹੋ ਜਾਣਗੇ, ਉਹ ਭੁੱਖੇ ਮਰਨਗੇ, ਤਾਂ ਇਹਨਾਂ ਦੇ ਪਲਾਟ ਉੱਧਰਲੇ ਪਾਸੇ ਦੁਕਾਨਾਂ ਮਹਿੰਗੇ ਭਾਅ ਵਿਕਣਗੀਆਂ, ਔਰ ਉਹ ਸ਼ੁਰੂ ਵੀ ਹੋ ਗਿਆ ਸੀ ਕੰਮ। ਪਰ ਮੈਂ ਸਲੂਟ ਕਰਦਾ ਹਾਂ ਹੁਸ਼ਿਆਰਪੁਰ ਦੇ ਉਹਨਾਂ ਦੁਕਾਨਦਾਰਾਂ ਨੂੰ, ਜਨਤਾ ਨੂੰ, ਜਿਨ੍ਹਾਂ ਨੇ ਆਪਣੀ ਗੱਲ ਮਨਵਾਈ, ਸੰਘਰਸ਼ ਕੀਤਾ, ਔਰ ਇਹਨਾਂ ਦੇ ਗੋਡੇ ਲੱਗੇ ਸੱਤਾਧਾਰੀਆਂ ਦੇ। ਰਾਤ ਨੂੰ ਸ਼ਾਮ ਨੂੰ ਪ੍ਰੈਸ ਕਾਨਫਰੰਸ ਬੁਲਾ ਕੇ ਡੀਸੀ ਦੇ ਦਫ਼ਤਰ ਇਹ ਡਿਕਲੇਅਰ ਕਰਨਾ ਪਿਆ ਵੀ ਅਸੀਂ ਪੁੱਲ ਨਹੀਂ ਬਣਾਵਾਂਗੇ। ਅਤੇ ਸਰ, ਜਿਵੇਂ ਹੁਣ ਮੌਜੂਦਾ ਸਰਕਾਰ ਦਾ ਇੱਕ ਬਹੁਤ ਵੱਡਾ ਘੁਟਾਲਾ ਜ਼ਮੀਨ ਨੂੰ ਲੈ ਕੇ ਸਾਹਮਣੇ ਆਇਆ ਹੈ, ਉਹਦੇ ਉੱਪਰ ਤੁਸੀਂ ਕੀ ਚਾਨਣਾ ਪਾਉਣਾ? ਦੇਖੋ, ਮੈਂ ਵੀ ਉਹ ਪੜ੍ਹੀ ਆ ਖਬਰ ਜਿਹੜੇ ਮੌਜੂਦਾ ਘੁਟਾਲੇ ਦੀ, 350-400 ਕਰੋੜ ਦਾ ਘੁਟਾਲਾ ਹੈਗਾ, ਠੀਕ ਹੈ ਨਾ। ਹਾਲੇ ਮੈਂ ਖਬਰ ਪੜ੍ਹੀ ਆ, ਮੈਂ ਇਹਦੇ ਫੈਕਟਸ ਦੇ ਵਿੱਚ ਜਾ ਰਿਹਾ। ਘੁਟਾਲਿਆਂ ਦੀ ਹੋਰਾਂ ਦੀ ਵੀ ਕਾਫੀ ਭਾਫ਼ ਨਿਕਲ ਰਹੀ ਹੈਗੀ ਆ, ਇਕੱਲਾ ਇੱਕ ਨਹੀਂ ਆ, ਇਹਦੇ ਇਲਾਵਾ ਇਹਦੇ ਨਾਲ ਮਿਲਦੇ ਜੁਲਦੇ ਹੋਰ ਵੀ ਘੁਟਾਲਿਆਂ ਦੀ ਭਾਫ਼ ਨਿਕਲ ਰਹੀ ਆ। ਅਤੇ ਮੈਂ ਉਸ ਵੇਲੇ ਸਟੇਟਮੈਂਟ ਦਊਂਗਾ, ਵੱਡੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਵੀ ਕਰਾਂਗੇ ਜਾਂ ਕਿਤੇ ਵੀ ਕਰਾਂਗੇ, ਇਹਨੂੰ ਸਟੇਟ ਲੈਵਲ 'ਤੇ ਵੀ ਬਾਕੀ ਪਾਰਟੀਆਂ ਵੀ ਲੈਣ ਵਾਲੀਆਂ ਆ। ਜਿਹੜਾ ਇਹ ਘੁਟਾਲਾ ਹੈਗਾ ਇਹ ਸਾਡੇ ਹੁਸ਼ਿਆਰਪੁਰ ਦੇ ਮੱਥੇ 'ਤੇ ਕਲੰਕ ਆ, ਕਿਉਂਕਿ ਉਸ ਮੰਤਰੀ ਦੇ ਮਹਿਕਮੇ 'ਚ ਹੋਇਆ ਹੈਗਾ ਜਿਹੜਾ ਮੰਤਰੀ ਹੁਸ਼ਿਆਰਪੁਰ ਦੀ ਜਨਤਾ ਨੇ ਚੁਣਿਆ, ਐਮਐਲਏ ਚੁਣਿਆ ਹੈਗਾ। ਸੋ ਇਹ ਘੁਟਾਲੇ ਤਾਂ ਇਹ ਪੰਜਾਬ ਸਰਕਾਰ ਅਲੀ ਬਾਬਾ 40 ਚੋਰ ਦਾ ਖੇਲ ਹੈਗਾ ਸਾਰਾ। ਹੁਸ਼ਿਆਰਪੁਰ ਦੇ ਵਿੱਚ ਹੀ ਸੈਂਕੜਾ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਜਿਸਲੇ ਕੱਢਣ ਲੱਗੀਏ ਤਾਂ ਉਹ ਸੱਤਾ ਦੇ ਦੁਰਉਪਯੋਗ ਦੀਆਂ ਜਾਂ ਘੁਟਾਲਿਆਂ ਦੀਆਂ ਹੈਗੀਆਂ। ਇੱਕ ਇੱਕ ਕਰਕੇ ਅਸੀਂ ਦੱਸਾਂਗੇ। ਇਸ ਘੁਟਾਲੇ ਬਾਰੇ ਬਹੁਤ ਡਿਟੇਲ 'ਚ ਪ੍ਰੈਸ ਕਾਨਫਰੰਸ ਹੋਏਗੀ ਜਦੋਂ ਸਾਰੇ ਫੈਕਟਸ ਸਾਹਮਣੇ ਆਉਣਗੇ। ਜੀ ਸਰ, ਅਤੇ ਸਰ ਮੌਜੂਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੇ ਆਪਣੀਆਂ ਕਲੋਨੀਆਂ ਦੇ ਵਿੱਚ ਜਿਹੜੇ ਸਰਕਾਰੀ ਪੈਸੇ ਦੇ ਨਾਲ ਉਹਨਾਂ ਨੇ ਸੀਵਰੇਜ ਵਗੈਰਾ ਪਾਏ ਹੈ, ਉਹਦੇ ਬਾਰੇ ਵਿੱਚ ਤੁਸੀਂ ਕੀ ਕਹੋ? ਤੁਸੀਂ ਆਪ ਹੀ ਸਭ ਕੁਛ ਕਹਿ ਦਿੱਤਾ ਜੀ। ਅੰਮ੍ਰਿਤ ਯੋਜਨਾ ਦਾ 40 ਕਰੋੜ ਦੇ ਕਰੀਬ ਰੁਪਈਆ ਸਾਡੀ ਸਰਕਾਰ ਵੇਲੇ ਟੈਂਡਰ ਵੀ ਲੱਗ ਗਏ ਸੀ, ਸਭ ਕੁਛ ਹੋ ਗਿਆ ਸੀ, ਉਹਦੇ 'ਚ ਸਾਰੇ ਸਿਟੀ ਨੂੰ ਵਾਟਰ ਸਪਲਾਈ ਸੀਵਰੇਜ ਸਪਲਾਈ ਕਰਨਾ ਸੀ। 3.5 ਸਾਲ ਤੱਕ ਉਹ ਐਗਜੀਕਿਊਟ ਨਹੀਂ ਹੋਇਆ, ਉਹਦੇ ਪਿੱਛੇ ਅਸੀਂ ਤਾਂ ਸਮਝਦੇ ਸੀਗੇ ਪਤਾ ਨਹੀਂ ਵੋਟਾਂ ਦਾ ਕੋਈ ਫਾਇਦਾ ਉਠਾਉਣਾ, ਪਰ ਹੁਣ ਜੋ ਫੈਕਟਸ ਨਿਕਲ ਰਹੇ ਆ ਇਹਨਾਂ ਦੀਆਂ ਕਲੋਨੀਆਂ ਨੂੰ ਜਿੱਦਾਂ ਜੁੜ ਰਹੇ ਆ ਇਲੀਗਲ ਕਲੋਨੀਆਂ ਨੂੰ, ਲੀਗਲ ਕਲੋਨੀਆਂ ਨੂੰ, ਈਵਨ ਸ਼ਹਿਰ ਤੋਂ ਬਾਹਰ ਦੀਆਂ ਕਲੋਨੀਆਂ ਨੂੰ, ਇਹ ਸਿਰਫ ਇਹੀ ਨੀਤ ਸੀ ਕਿ ਇਹ 40 ਕਰੋੜ ਰੁਪਈਏ ਨੂੰ ਕਿੱਦਾਂ ਹੜੱਪ ਕੇ ਆਪਣੇ ਫਾਇਦੇ ਲਈ ਉਠਾਉਣਾ। ਔਰ ਜਦੋਂ ਸੀਵਰੇਜ ਲੱਗ ਜਾਂਦਾ ਤਾਂ ਕੀਮਤਾਂ ਉਹਨਾਂ ਪਲੋਟਾਂ ਦੀਆਂ ਦੁੱਗਣੀਆਂ ਹੋ ਜਾਂਦੀਆਂ, ਔਰ ਇਹ ਚੀਜ਼ਾਂ ਸਾਰੀਆਂ ਜਨਤਾ ਦੇ ਸਾਹਮਣੇ ਆ। ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ 4 ਬੰਦੇ ਇਕੱਠੇ ਕਰਕੇ, ਅਸੀਂ ਜਦੋਂ ਲੋਕਾਂ ਦੇ ਵਿੱਚ ਕੋਈ ਸਭਾ ਕਰਦੇ ਹਾਂ
ਆਪਣੇ ਆਪ ਲੋਕ ਉੱਠ ਕੇ ਬੋਲਦੇ ਆ, ਸਾਨੂੰ ਇਹ ਗੱਲਾਂ ਕਹਿਣ ਦੀ ਲੋੜ ਨਹੀਂ। ਲੋਕ ਸਾਰੇ ਸਮਝਦੇ ਆ ਵੀ ਹੁਸ਼ਿਆਰਪੁਰ ਦੇ ਵਿੱਚ ਕਿੱਦਾਂ ਸਰਕਾਰੀ ਫੰਡਾਂ ਦੀ ਦੁਰਉਪਯੋਗ ਹੋ ਰਿਹਾ, ਕਿੱਦਾਂ ਵਿਕਾਸ ਦੇ ਨਾਂ 'ਤੇ ਪੈਸਾ ਬਰਬਾਦ ਵੀ ਹੋ ਰਿਹਾ ਔਰ ਪੈਸਾ ਖਾਧਾ ਵੀ ਜਾ ਰਿਹਾ, ਔਰ ਕਿਸ ਤਰ੍ਹਾਂ ਨਕਲੀ ਉਦਘਾਟਨ ਜਾਂ ਨੀਂਹ ਪੱਥਰ ਰੱਖ ਕੇ ਕੈਂਚੀਆਂ ਨਾਲ ਰੀਬਨ ਕੱਟ ਕੇ ਜਾਂ ਨਾਰੀਅਲ ਤੋੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਦਾ ਇੱਕ ਖੇਲ ਚੱਲ ਰਿਹਾ ਹੈਗਾ, ਪਬਲਿਕ ਸਭ ਕੁਝ ਜਾਣਦੀ ਹੈ। ਜੀ ਸਰ, ਜਿਵੇਂ ਹੁਣ ਕਿਸਾਨ ਅੰਦੋਲਨ ਚੱਲ ਰਿਹਾ ਹੈ, ਅਤੇ ਤੁਹਾਨੂੰ ਨਹੀਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਇਹ ਅੰਦੋਲਨ ਕਰਕੇ ਤੁਹਾਡੀ ਪਾਰਟੀ ਦੀਆਂ ਜੜ੍ਹਾਂ ਜਿਹੜੀਆਂ ਉਹ ਕਮਜ਼ੋਰ ਹੋ ਰਹੀਆਂ? ਇਹ ਡੈਮੋਕਰੇਸੀ ਆ, ਕਿਸਾਨ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ। ਮੈਂ ਖੁਦ ਕਿਸਾਨ ਹਾਂ, ਮੈਂ ਖੁਦ ਹੱਥੀਂ ਖੇਤੀ ਕਰਦਾ ਰਿਹਾ। ਜੀ ਸਰ, ਹੁਣ ਮੈਂ ਕੁਛ ਜ਼ਮੀਨ ਆਪਣੀ ਠੇਕੇ 'ਤੇ ਦਿੱਤੀ ਆ। ਹਾਂਜੀ ਸਰ, ਅਤੇ ਕਿਸਾਨ ਅੰਦੋਲਨ, ਕਿਸਾਨ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ, ਸਰਕਾਰ ਸੁਣਦੀ ਆ, ਸਰਕਾਰ ਸੁਣਨੇ ਲਈ ਤਿਆਰ ਵੀ ਆ, ਹਾਂਜੀ ਪ੍ਰਪੋਜ਼ਲਾਂ ਵੀ ਮੰਗ ਰਹੀ ਆ, ਗੱਲਬਾਤ ਵੀ ਚੱਲ ਰਹੀ ਆ। ਪਰ ਕੁਛ ਬੰਦੇ ਪੋਲੀਟੀਕਲ ਪਾਰਟੀਆਂ ਆਪਣੇ ਨਿੱਜੀ ਸਵਾਰਥਾਂ ਲਈ ਇਹਨੂੰ ਸਕਟਲ ਆਊਟ ਕਰਨਾ ਚਾਹੁੰਦੀਆਂ, ਇਹਨੂੰ ਰਫਾ ਦਫਾ ਕਰਨਾ, ਇਹਦਾ ਜਾਂ ਇਹਦੀ ਸ਼ਕਲ ਬਦਲਣੀਆਂ ਚਾਹੁੰਦੀਆਂ ਹੈਗੀਆਂ। ਉਹ ਕਿਸਾਨ ਹਿਤੈਸ਼ੀ ਲੋਕ ਨਹੀਂ ਹੈਗੇ ਜਿਹੜਾ ਜਿਹੜਾ ਇਹਨਾਂ ਦਾ ਰੂਪ ਕਿਸਾਨ ਅੰਦੋਲਨ ਦਾ, ਕਿਸਾਨਾਂ ਦੀਆਂ ਮੰਗਾਂ ਦਾ ਰੂਪ ਬਦਲਣਾ ਚਾਹੁੰਦੇ ਆ। ਅਸੀਂ ਉਹਨਾਂ ਦੇ ਖਿਲਾਫ਼ ਜ਼ਰੂਰ ਬੋਲਦੇ ਹਾਂ ਜਿਹਨਾਂ ਜਿਹੜੇ ਕਿਸਾਨੀ ਦੀ ਗੱਲ ਨਹੀਂ ਕਰਦੇ ਪਰ ਆਪਣੇ ਹੋਰ ਮਤਲਬ ਸਿੱਧ ਕਰਨੇ ਲਈ ਆਪਣੇ ਆਪ ਨੂੰ ਇਸ ਅੰਦੋਲਨ ਨਾਲ ਜੋੜਦੇ ਆ। ਅਤੇ ਹੁਣ ਵੀ ਇਹ ਗੱਲਾਂ ਬਾਤਾਂ ਕਈ ਚੱਲੀਆਂ, ਸਾਡੇ ਹੋਰ ਕਈ ਵੀਰ ਆ, ਅੱਜ ਕੱਲ੍ਹ ਚੱਲ ਰਿਹਾ ਜੀ ਪਿਕਨਿਕ ਕਹਿ ਦਿੱਤਾ, ਸੂਰ ਸਾਹਿਬ ਨੇ ਪਿਕਨਿਕ ਕਹਿ ਦਿੱਤਾ। ਪੂਰਾ ਬਿਆਨ ਪੜ੍ਹੋ, ਪੂਰਾ ਬਿਆਨ ਸੁਣੋ। ਮੈਂ ਕਿਸਾਨਾਂ ਦੇ ਬਾਰੇ ਕਦੀ ਇੱਦਾਂ ਦਾ ਸੋਚ ਵੀ ਨਹੀਂ ਸਕਦਾ ਜਿਸ ਤਰ੍ਹਾਂ ਉਸ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਸਕਦਾ, ਕਿਉਂਕਿ ਮੈਂ ਖੁਦ ਕਿਸਾਨ ਹੈਗਾ। ਅਤੇ ਅਸੀਂ ਹਮੇਸ਼ਾ ਕਿਸਾਨਾਂ ਨੂੰ ਅੰਨਦਾਤਾ ਮੰਨਿਆ, ਪਰਮਾਤਮਾ ਦਾ ਰੂਪ ਮੰਨਿਆ ਹੈਗਾ, ਕਿਉਂਕਿ ਸਾਰਾ ਕੁਛ ਕਿਸਾਨ ਤੋਂ, ਇਕੋਨਮੀ ਪੰਜਾਬ ਦੀ ਸ਼ੁਰੂ ਹੁੰਦੀ ਹੈਗੀ। ਪਰ ਇਹ ਰਾਜਨੀਤਿਕ ਸਵਾਰਥ ਆ। ਮੇਰਾ ਛੋਟਾ ਵੀਰ ਜਤਿੰਦਰ ਸਿੰਘ ਲਾਲੀ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ, ਉਹਨੇ ਵੀ ਬੜੀ ਲੰਬੀ ਇਹ ਸਟੇਟਮੈਂਟ ਦੇ ਦਿੱਤੀ, ਮੈਂ ਉਹ ਸੁਣ ਰਿਹਾ ਸੀਗਾ। ਉਹ ਆਲ ਪੋਲੀਟੀਕਲ ਹੈਗਾ, ਉਹ ਆਪਣੇ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਭਾਸ਼ਣ, ਪੁਰਾਣੀਆਂ ਪ੍ਰੈਸ ਕਾਨਫਰੰਸਿਸ, ਮੈਡਮ ਹਰਸਿਮਰਤ ਕੌਰ ਦੇ ਬਿਆਨ ਪ੍ਰੈਸ ਨੂੰ ਜਿਹੜੇ ਸਮੇਂ ਸਮੇਂ 'ਤੇ ਆਏ ਉਹ ਸੁਣ ਲੈਣ। ਵੱਡੇ ਬਾਦਲ ਸਾਹਿਬ ਜਿਨ੍ਹਾਂ ਦਾ ਸਾਰੇ ਮੋਦੀ ਸਾਹਿਬ ਵੀ ਪੈਰੀਂ ਹੱਥ ਲਾਉਂਦੇ ਆ, ਉਹਨਾਂ ਦਾ ਬਿਆਨ ਸੁਣ ਲੈਣ। ਅੱਜ ਰਾਜਨੀਤਿਕ ਉਹਨਾਂ ਨੂੰ ਕੋਈ ਜ਼ਰੂਰਤ ਆ ਜਾਂ ਉਹਨਾਂ ਦੀ ਰਾਜਨੀਤਿਕ ਹੋਂਦ ਹੈਗੀ ਆ, ਉਹਦੇ ਵਾਸਤੇ ਉਹਨਾਂ ਨੇ ਆਪਣਾ ਯੂ ਟਰਨ ਲੈ ਲਿਆ ਹੈਗਾ ਇਸ ਮੁੱਦੇ 'ਤੇ, ਉਹ ਮਜਬੂਰੀ ਹੋ ਸਕਦੀ ਹੈਗੀ ਆ। ਪਰ ਉਹ ਖੁਦ ਇਹਨੂੰ ਬਿੱਲਾਂ ਨੂੰ ਉਹਨਾਂ ਨੇ ਸਪੋਰਟ ਕੀਤਾ ਹੈਗਾ। ਪਰ ਮੋਦੀ ਗਵਰਨਮੈਂਟ, ਮੈਂ ਖੁਦ, ਸਾਡੀ ਪਾਰਟੀ, ਅਸੀਂ ਬਿਲਕੁਲ ਹਮੇਸ਼ਾ ਓਪਨ ਮਾਈਂਡ ਨਾਲ ਬੈਠੇ ਹਾਂ ਕਿ ਕਿਸਾਨ ਆਪਣੀ ਸਹੀ ਗੱਲ ਦੱਸਣ ਅਤੇ ਉਹ ਸਰਕਾਰ ਜਿਹੜੀ ਉਹ ਦੂਰ ਕਰੇਗੀ। ਇਸ ਦੇਸ਼ ਦੇ ਵਿੱਚ ਕਿਸਾਨ ਦੀ ਹਾਲਤ ਚੰਗੀ ਨਹੀਂ ਸੀ, ਆਤਮ ਹੱਤਿਆਵਾਂ ਹੋ ਰਹੀਆਂ ਸੀ, ਕਾਨੂੰਨ ਬਣਾਉਣ ਦੀ ਲੋੜ ਵੀ ਸੀ, ਕਾਨੂੰਨ 'ਚ ਖਾਮੀਆਂ ਵੀ ਹੋ ਸਕਦੀਆਂ। ਮੈਂ ਇਸ ਗੱਲ ਦਾ ਖੁਦ ਹਾਮੀ ਹਾਂ ਵੀ ਜੇ ਕੋਈ ਖਾਮੀਆਂ ਆਪਾਂ ਦੂਰ ਕਰਨ ਨੂੰ ਤਿਆਰ ਹਾਂ। ਪਰ ਇਹਨੂੰ ਰਾਜਨੀਤਿਕ ਤੌਰ 'ਤੇ ਇਹ ਸ਼ਕਲ ਨੂੰ ਤਰੋੜ ਮਰੋੜ ਕੇ ਸਾਡੇ ਬਿਆਨਾਂ ਨੂੰ ਜਾਂ ਹੋਰ ਕਿਸੇ ਚੀਜ਼ ਨੂੰ ਜਿਹੜੇ ਲੋਕ ਕਰਦੇ ਆ ਉਹ ਕਿਸਾਨਾਂ ਦੇ ਹਿਤੈਸ਼ੀ ਨਹੀਂ ਆ, ਉਹ ਦੇਸ਼ ਦੇ ਹਿਤੈਸ਼ੀ ਨਹੀਂ ਆ। ਉਹਨਾਂ ਨੂੰ ਠੰਡੇ ਦਿਮਾਗ ਨਾਲ ਸੋਚ ਸਮਝ ਕੇ ਪੂਰਾ ਪੂਰਾ ਬਿਆਨ ਲਿਆ ਕੇ ਦੇਖਣਾ ਚਾਹੀਦਾ ਵੀ ਅਸੀਂ ਕਿਸਾਨ ਦੀ ਗੱਲ ਕਰਦੇ ਨਾ ਕਿ ਕਿਸਾਨ ਦੇ ਉਲਟ। ਜੀ, ਉਹ ਆਪਣਾ ਸਿਰਫ ਰਾਜਨੀਤਿਕ ਸਵਾਰਥ ਸਿੱਧ ਕਰਨਾ ਚਾਹੁੰਦੇ ਆ। ਮੈਂ ਇਹ ਪੰਜਾਬ ਦੀ ਜਨਤਾ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਕੋਈ ਵੀ ਲੋਕ, ਚਾਹੇ ਉਹ ਬਾਹਰ ਰਹਿੰਦੇ, ਫੋਰਨ 'ਚ ਰਹਿੰਦੇ, ਚਾਹੇ ਇੱਥੇ ਰਹਿੰਦੇ, ਉਹ ਇਹਨਾਂ ਲੋਕਾਂ ਦੀ ਅਧੂਰੇ ਬਿਆਨਾਂ ਨੂੰ, ਮਰੋੜ ਤੋੜੇ ਮਰੋੜ ਕੇ ਬਿਆਨਾਂ ਨੂੰ ਜਿਹੜੇ ਉਹਨਾਂ ਨੇ ਕਮੈਂਟ ਕੀਤੇ ਉਹ ਗੁੰਮਰਾਹ ਨਾ ਹੋਣ। ਅਸੀਂ ਕਿਸਾਨਾਂ ਦੇ ਨਾਲ ਆ। ਸਰ, ਮੇਰਾ ਇੱਕ ਹੋਰ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਨੇ 160 ਕਰੋੜ ਰੁਪਏ ਜਿਹੜੇ ਦਿੱਤੇ ਸੀਗੇ ਉਹਦਾ ਕੀ ਸਵਾਲ ਹੈ? ਬੜਾ ਭੁਲੇਖਾ ਹੈ ਜੀ। ਨਵਜੋਤ ਸਿੰਘ ਸਿੱਧੂ ਲੋਕਲ ਗਵਰਨਮੈਂਟ ਮਿਨਿਸਟਰ ਦੇ ਤੌਰ 'ਤੇ ਹੁਸ਼ਿਆਰਪੁਰ ਉਹਨਾਂ ਨੇ ਫੇਰੀ ਪਾਈ ਸੀ ਔਰ ਪੂਰੀ ਹਵਾਬਾਜ਼ੀ ਕਰਕੇ ਇੱਥੇ ਗਏ। 160 ਕਰੋੜ ਦੀ ਗੱਲ, 110 ਕਰੋੜ ਦੀ ਮੈਨੂੰ ਨਹੀਂ ਪਤਾ, ਅਨਾਊਂਸ ਕਰਕੇ ਗਏ ਕਿ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਵਾਸਤੇ ਦਊਂਗੇ। ਇੱਕ ਨਿੱਕਾ ਪੈਸਾ ਉਹਦੇ 'ਚੋਂ ਨਹੀਂ ਆਇਆ, ਦਿੱਤੇ ਨਹੀਂ ਉਹਨਾਂ ਨੇ, ਅਨਾਊਂਸ ਕਰਕੇ ਗਏ ਸੀ, ਇੱਕ ਨਵਾਂ ਪੈਸਾ ਉਹਦੇ 'ਚੋਂ ਨਹੀਂ ਆਇਆ। ਤੁਸੀਂ RTI ਪਾ ਕੇ ਦੇਖ ਲਓ, ਕਮੇਟੀ ਤੋਂ ਉੱਦਾਂ ਪੁੱਛ ਕੇ ਦੇਖ ਲਓ, ਅੱਜ ਤੱਕ ਉਹ ਪੈਸਾ ਕੋਈ ਨਹੀਂ ਆਇਆ। ਇਹ ਜਿਹੜੇ ਤੁਸੀਂ ਕਹਿੰਦੇ ਨਾ ਹੁਣ ਖਰਚੇ ਜਾ ਰਹੇ ਆ, ਇਹਦੇ 'ਚ ਵੀ ਪੰਜਾਬ ਗਵਰਨਮੈਂਟ ਦਾ ਕੋਈ ਯੋਗਦਾਨ ਨਹੀਂ ਆ। ਇੱਕ ਸਾਲ ਪਹਿਲਾਂ ਫਰਵਰੀ ਦੇ ਵਿੱਚ ਆਪਣੀ ਨਗਰ ਨਿਗਮ ਭੰਗ ਹੋ ਗਈ, ਮਤਲਬ ਉਹਦਾ ਟਾਈਮ ਪੂਰਾ ਹੋ ਗਿਆ। ਉਹ ਤੋਂ ਪਹਿਲਾਂ ਇਹ ਸਾਰੇ ਐਸਟੀਮੇਟ ਜਿੱਥੇ ਜਿੱਥੇ MCA ਨੇ ਆਪਣੇ ਕਹੇ ਸੀਗੇ ਉਹ ਬਣੇ, ਉਹਨਾਂ ਦੇ ਟੈਂਡਰ ਲੱਗੇ, ਉਹਨਾਂ ਦੇ ਵਰਕ ਆਰਡਰ ਜਾਰੀ ਹੋਏ। ਪਰ ਆਉਂਦਾ ਮਿਊਂਸੀਪਲ ਚੁਣਾਵ ਕਿਉਂਕਿ ਨੇੜੇ ਸੀਗਾ,
ਤੇ ਜਿਹੜੇ ਸਾਡੇ ਇੱਥੇ ਬੈਠੇ ਆ ਸੱਤਾਧਾਰੀ ਮੰਤਰੀ ਜੀ, ਉਹਨਾਂ ਨੇ ਸਾਰੀ ਚੀਜ਼ ਆਪਣੀ ਮੁੱਠੀ 'ਚ ਲੈ ਲਈ। ਕੰਮ ਇੱਕ ਸਾਲ ਡਿਲੇ ਕਰਾਏ, ਲੋਕਾਂ ਇੱਕ ਸਾਲ ਤਕਲੀਫ 'ਚ ਰਹੇ, ਹੁਣ ਜੇਬ 'ਚ ਕੈਂਚੀ ਅਤੇ ਰੀਬਨ ਪਾ ਕੇ ਅਤੇ ਨਾਰੀਅਲ ਫੜ ਕੇ ਤੁਰ ਪਏ ਆ। ਉਹ ਉਹਨਾਂ ਦੇ ਉਹ ਮਿਊਨਸਪਲ ਫੰਡ ਦੇ ਪੈਸੇ ਆ, ਇਹਨਾਂ ਦੀ ਉਹਦੇ 'ਚ ਕੋਈ ਐਫਰਟ ਨਹੀਂ ਹੈ ਮੰਤਰੀ ਜੀ ਦੀ। ਮਿਊਨਸਪਲ ਫੰਡ ਦੇ ਪੈਸੇ ਆ, ਮਿਊਨਸਪੈਲਿਟੀ ਦੇ ਐਮ ਸੀਆਂ ਨੇ ਮਨਜ਼ੂਰ ਕਰਾਏ ਉਹ ਸਾਰੇ ਪ੍ਰੋਜੈਕਟ, ਅਤੇ ਹੁਣ ਵੋਟਾਂ ਵਾਸਤੇ। ਪਰ ਲੋਕ ਬਿਲਕੁਲ ਸਾਰਾ ਕੁਝ ਜਾਣਦੇ ਆ, ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਕਿ ਇਹ ਜਿਹੜੇ ਪ੍ਰੋਜੈਕਟ ਸੀਗੇ ਇਹ ਕਮੇਟੀ ਦੇ ਪਾਸ ਹੋਏ ਆ। ਜੀ ਸਰ, ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਪੋਲੀਟੀਕਲ ਸਫ਼ਰ ਬਾਰੇ ਦੱਸੋ ਕਿ ਇਹ ਸਫ਼ਰ ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ? ਨਾ, ਮੈਂ ਪਹਿਲਾਂ ਵੀ ਦੱਸਿਆ, ਮੈਂ ਬਚਪਨ ਤੋਂ ਹੀ ਗੋਡ ਗਿਫਟ ਆ ਕਿ ਮੇਰੇ 'ਚ ਲੀਡਰਸ਼ਿਪ ਕੁਆਲਿਟੀ ਸੀ। ਜੀ ਸਰ, ਮੈਂ ਜਦੋਂ LLB ਕਰਦਾ ਸੀ ਉਦੋਂ ਵਿਦਿਆਰਥੀ ਪਰਿਸ਼ਦ AVVP ਦਾ ਐਕਟਿਵ ਮੈਂਬਰ ਰਿਹਾ, ਔਰ ਚੰਡੀਗੜ੍ਹ ਦਾ ਮੈਂ ਸੈਕਟਰੀ ਰਿਹਾ। ਫਿਰ ਲਗਾਤਾਰ ਉਹਦੇ ਬਾਅਦ ਮੈਂ ਐਮਰਜੈਂਸੀ ਪੀਰੀਅਡ 'ਚ ਵੀ, ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ 'ਚ ਵੀ ਮੈਂ ਹਿੱਸਾ ਲਿਆ, ਔਰ ਉਹਦੇ ਬਾਅਦ BJP ਦਾ ਐਕਟਿਵ ਬਣ ਕੇ ਮੈਂਬਰ ਬਣ ਕੇ ਵਾਰਡ ਪ੍ਰਧਾਨ, ਮੰਡਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਬਣਿਆ। ਉਹਦੇ ਬਾਅਦ ਮੈਂ MLA ਬਣਿਆ 3 ਵਾਰੀ ਲਗਾਤਾਰ, 2 ਵਾਰੀ ਮੰਤਰੀ ਬਣਿਆ, ਔਰ 1 ਵਾਰੀ ਪੋਲੀਟੀਕਲ ਐਡਵਾਈਜ਼ਰ ਟੂ CM ਬਣਿਆ। ਅਤੇ ਇਸ ਤਰੀਕੇ ਨਾਲ ਆਪਣੇ ਇਲਾਕੇ ਦੀ ਰਾਜਨੀਤੀ ਰਾਹੀਂ ਸੇਵਾ ਕੀਤੀ ਹੈ, ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਜਿਹੜਾ ਪਿਛੜਿਆ ਇਲਾਕਾ ਸੀਗਾ। ਮੈਂ ਰੈਸਟਵੇ ਐਕਸਪ੍ਰੈਸ ਦਾ ਬਹੁਤ ਆਭਾਰੀ ਹਾਂ ਕਿ ਤੁਸੀਂ ਜਿਹੜੀ ਮੇਰੇ ਦਿਲ ਦੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਉਣ ਲਈ ਮੇਰੀ ਅੱਜ ਇੰਟਰਵਿਊ ਲਈ ਆ। ਔਰ ਮੈਡਮ ਜਸਵਿੰਦਰ, ਤੁਸੀਂ ਬਹੁਤ ਹੀ ਅਹਿਮ ਸਵਾਲ ਪੁੱਛ ਕੇ ਉਹਨਾਂ ਦੇ ਜਵਾਬ ਜਿਹੜੇ ਹੈਗੇ ਆ ਪੰਜਾਬ ਦੀ ਜਨਤਾ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਮੈਨੂੰ ਮਿਲੇ ਹੋ, ਮੈਂ ਤੁਹਾਡਾ ਬਹੁਤ ਦਿਲ ਤੋਂ ਭਾਰੀ ਹਾਂ। ਇਹ ਸਨ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਸਾਹਿਬ, ਜਿਨ੍ਹਾਂ ਨੇ ਆਪਣੇ ਰਾਜਨੀਤਿਕ ਖੇਤਰ ਅਤੇ ਹੋਰ ਵੀ ਅਹਿਮ ਮੁੱਦਿਆਂ ਦੇ ਉੱਪਰ ਬਹੁਤ ਅੱਛੀ ਜਾਣਕਾਰੀ ਦਿੱਤੀ। ਤੁਸੀਂ ਦੇਖਦੇ ਰਹੋ ਰੈਸਟਵੇ ਐਕਸਪ੍ਰੈਸ ਚੈਨਲ ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।